ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪ ਜੀ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਦੁਖਬੀਰ ਸਿੰਘ ਜੀ ਬਾਦਲ ਆਪ ਨੂੰ ਸੰਬੋਧਨ ਕਰਨਗੇ। ਦੁਖਬੀਰ ਸਿੰਘ ਬਾਦਲ ਜਿੰਦਾਬਾਦ, ਵੀਰ ਸਿੰਘ ਬਾਦਲ ਜਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਮਹਾਨ ਇਕੱਠ ਵਿੱਚ ਦੂਰੋਂ ਨੇੜਿਓ ਆਈ ਸਤਸੰਗ ਜੀ ਤੁਹਾਨੂੰ ਜੀ ਆਇਆ ਆਖਦਾ। ਅੱਜ ਮੈਂ ਜਦੋਂ ਘਰ ਤੋਂ ਚੱਲਿਆ ਤਾਂ ਦੇਖਿਆ ਤੂੜੀਆਂ ਬਣ ਰਹੀਆਂ। ਉਹ ਤੂੜੀ ਉਹ ਕੱਟਾ ਸਿੱਧਾ ਆ ਕੇ ਸਾਡੀ ਗੱਡੀ 'ਤੇ ਵੱਜਾ, ਸਾਡੇ ਬੂਥੇ ਲਿਬੜ ਗਏ, ਸਾਡੇ ਮੂੰਹ ਲਿਬੜ ਗਏ, ਗੱਡੀਆਂ ਖਰਾਬ ਹੋ ਗਈਆਂ। ਆ ਬਾਦਲ ਸਾਹਿਬ ਮੇਰੇ ਨਾਲ ਬੈਠੇ ਸੀ। ਅਸੀਂ ਮਨ ਦੇ ਵਿੱਚ ਸੋਚਿਆ ਕਿਉਂ ਨਾ ਪੰਜਾਬ ਨੂੰ ਇੱਕ ਵੱਡਾ ਸਾਰਾ ਤੂੜੀ ਦਾ ਪ੍ਰੋਜੈਕਟ ਦਿੱਤਾ ਜਾਵੇ। ਇਹੋ ਜਿਹਾ ਪ੍ਰੋਜੈਕਟ ਹੋਊਗਾ ਇਹ ਦੁਨੀਆਂ ਦੇ ਨਕਸ਼ੇ ਤੇ ਕਿ ਕਿਤੇ ਦੁਨੀਆ ਅਮਰੀਕਾ, ਕਨੇਡਾ, ਜਪਾਨ ਵਿੱਚ ਵੀ ਨਹੀਂ ਹੋਊਗਾ। ਸੁਖਬੀਰ ਸਿੰਘ ਪਾਗਲ ਜਿੰਦਾਬਾਦ। ਅੱਜ ਤੁਸੀਂ ਦੇਖੋਗੇ ਆਉਣ ਵਾਲੇ 2 ਸਾਲਾਂ ਦੇ ਵਿੱਚ ਦਿੱਲੀ ਤੋਂ ਬਾਦਲ ਸਾਹਿਬ ਮੋਦੀ ਸਾਹਿਬ ਤੋਂ 2000 ਕਰੋੜ ਰੁਪਇਆ ਤੂੜੀ ਤੂੜੀ ਆ ਤੁਸੀਂ ਅੱਜ ਪੰਜਾਬ ਦੀ ਤੂੜੀ ਨੂੰ ਖਤਰਾ। ਆ ਤੁਸੀਂ ਦੇਖੋਗੇ ਪੰਜਾਬ ਦੀ ਤੂੜੀ ਤੇ ਵੈਰੀਆਂ ਦੀ ਮਾੜੀ ਅੱਖ ਹੈ। ਆ ਤੁਸੀਂ ਦੇਖੋਗੇ ਆ ਤੂੜੀ ਦਾ ਪ੍ਰੋਜੈਕਟ ਜਦੋਂ ਆ ਗਿਆ ਖੇਤ ਦੇ ਵਿੱਚ ਲੱਗੂਗਾ, ਖੇਤ ਦੇ ਵਿੱਚ ਤੂੜੀ ਬਣੀ ਸਿੱਧੀ ਤੁਹਾਡੀ ਡੰਗਰਾਂ ਦੀ ਖੁਰਲੀ ਦੇ ਵਿੱਚ। ਜਿੰਦਾਬਾਦ। ਇਸ ਤਰ੍ਹਾਂ ਦੇ ਹੋਰ ਵੀ ਵੱਡੇ ਵੱਡੇ ਪ੍ਰੋਜੈਕਟ, ਰੂੜੀ ਪ੍ਰੋਜੈਕਟ, ਤੂੜੀ ਪ੍ਰੋਜੈਕਟ, ਹੋਰ ਵੀ ਕਈ ਤਰ੍ਹਾਂ ਦੇ ਪ੍ਰੋਜੈਕਟ ਜੋ ਤੁਹਾਡੇ ਤੇ ਮੇਰੇ ਸਭਨਾਂ ਦੀ ਲੋੜ ਹੈ ਬਹੁਤ ਜਲਦੀ ਆਉਣਗੇ। ਇਹਦੇ ਨਾਲ ਹੀ ਖਿਮਾ ਦਾ ਜਾਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਿੰਘ ਪਾਗਲ ਜਿੰਦਾਬਾਦ, ਸੁਖਬੀਰ ਸਿੰਘ ਪਾਗਲ ਜਿੰਦਾਬਾਦ।